ਤੇ ਸਾਰੇ ਬੱਚੇ ਫਿਰ ਧਿਆਨ ਨਾਲ ਸੁਣੋ, ਬੜੇ ਧਿਆਨ ਨਾਲ। ਇੱਕ ਸਪੈਸ਼ਲ ਕਹਾਣੀ ਹੈ। ਇੱਕ ਬੜਾ ਹੀ ਪਿਆਰਾ ਜੰਗਲ ਸੀ, ਉਹਦੇ ਤਰ੍ਹਾਂ ਤਰ੍ਹਾਂ ਦੇ ਫਲ ਬੂਟੇ ਪਸ਼ੂ ਪੰਛੀ ਚਹਿਚਾਉਂਦੇ, ਪਰ ਹੋਇਆ ਕਿ ਜੰਗਲ ਨੂੰ ਅੱਗ ਲੱਗ ਗਈ। ਜੰਗਲ ਨੂੰ ਇੰਨੀ ਭਿਆਨਕ ਅੱਗ ਲੱਗੀ ਕਿ ਬਹੁਤ ਸਾਰੇ ਜਾਨਵਰ ਚੋਂ ਸੜ ਕੇ ਮਰ ਗਏ ਤੇ ਬਹੁਤ ਸਾਰੇ ਅੱਗ ਨੂੰ ਵੇਖ ਕੇ ਭੱਜ ਗਏ। ਪਰ ਜੰਗਲ ਵਿੱਚ ਰਹਿੰਦੀ ਸੀ ਚਿੜੀ, ਇੱਕ ਰਹਿੰਦੀ ਸੀ, ਉਹਨੇ ਦਵਾ ਦਵ ਨਦੀ 'ਚ ਚੁੰਝ ਭਰੀ ਪਾਣੀ ਦੀ, ਤੇ ਅੱਗ 'ਤੇ ਪਾਣੀ ਪਾਉਣਾ, ਅੱਗ 'ਤੇ ਪਾਣੀ ਪਾਉਣਾ। ਮੈਮ ਲਾਗੋ ਇੱਕ ਰਾਹਗੀਰ ਲੰਘ ਰਿਹਾ ਸੀ, ਟਰੈਵਲਰ ਇਨਸਾਨ। ਉਹ ਕਹਿਣ ਲੱਗਾ, ਚਿੜੀਏ ਤੂੰ ਮੂਰਖ ਹੈ, ਐਡੀ ਭਿਆਨਕ ਜੰਗਲ ਦੀ ਅੱਗ, ਤੂੰ ਨਿੱਕੀ ਜਿਹੀ, ਤੇਰੀ ਚੁੰਝ ਨਿੱਕੀ ਜਿਹੀ, ਜਦੋਂ ਤੂੰ ਅੱਗ ਦੇ ਉੱਪਰ ਪਾਣੀ ਪਾਉਂਦੀ ਹੈ ਨਾ, ਇਹ ਉੱਪਰ ਵੈਪੋਰਾਈਜ਼ ਹੋ ਜਾਂਦਾ, ਉੱਪਰ ਹੀ ਸੁੱਕ ਜਾਂਦਾ, ਇਹਦੇ ਨਾਲ ਕੋਈ ਫਰਕ। ਆਵਾਜ਼ ਨਹੀਂ ਆਈ, ਪਰ ਚਿੜੀ ਦਾ ਐਟੀਟਿਊਡ ਪੋਜ਼ਿਟਿਵ ਸੀ। ਉਹ ਕਹਿਣ ਲੱਗੀ ਤਿੰਨ ਗੱਲਾਂ ਹੋ ਸਕਦੀਆਂ। ਅੱਛਾ ਪੁੱਤਰ, ਐਟੀਟਿਊਡ ਦਾ ਮਤਲਬ ਕੀ ਹੁੰਦਾ? ਪਹਿਲਾਂ ਜਲਦੀ ਜਲਦੀ ਦੱਸੋ, ਸਮਾਂ ਘੱਟ ਹੈ। ਆਕੜ ਨਹੀਂ ਪੁੱਤਰ, ਜਜ਼ਬਾ, ਸੁਭਾਅ। ਹਾਂ ਬੇਟੇ, ਧਿਆਨ ਨਾਲ ਸੁਣਿਓ, ਅਸਲ ਵਿੱਚ ਜਿਹੜਾ ਆਕੜ ਕਹਿੰਦੇ ਨੇ, ਘੁਮੰਡ ਕਹਿੰਦੇ ਨੇ, ਨਖਰਾ ਕਹਿੰਦੇ ਨੇ, ਬਿਲਕੁਲ ਰੋਂਗ ਹੈ। ਇਹ ਬੇੜਾ ਗਰਕ ਹੈ ਗਾਣੇ ਵਾਲਿਆਂ ਦਾ। ਸੁਣੋ ਕੀ ਹੈ ਐਗਜ਼ਾਮਪਲ, ਮੈਂ ਤੁਹਾਨੂੰ ਦੱਸਣ ਲੱਗਾ। ਪਾਣੀ ਇਸੇ ਕਰਕੇ ਰੱਖਿਆ ਸੀ, ਅੱਠ ਦਸਾਂ ਵਿੱਚ ਨਹੀਂ, ਸੋਚ ਸੁਭਾਅ। ਠੀਕ, ਤੁਹਾਡੀ ਗੱਲ, ਸ਼ਾਬਾਸ਼, ਧਿਆਨ ਨਾਲ ਸੁਣਿਓ। 10 ਬੱਚੇ ਲੰਘ ਰਹੇ ਸੀ, 10-12। ਇੱਕ ਬੱਚਾ ਕਹਿੰਦਾ ਅੱਧਾ ਗਲਾਸ ਪਾਣੀ ਦਾ ਖਾਲੀ, ਬਾਕੀ ਬੱਚੇ ਕਹਿੰਦੇ ਅੱਧਾ ਗਲਾਸ ਪਾਣੀ ਦਾ ਖਾਲੀ, ਪਰ ਇੱਕ ਬੱਚਾ ਕਹਿੰਦਾ ਵਾਹ। ਉਹਦਾ ਐਟੀਟਿਊਡ ਪੋਜ਼ਿਟਿਵ ਸੀ ਮੈਮ, ਕਹਿੰਦਾ ਵਾਹ, ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ, ਮੈਂ ਇਹਦੇ ਨਾਲ ਲੱਖਾਂ ਜ਼ਿੰਦਗੀਆਂ ਬਚਾ ਸਕਦਾ। ਦੂਜੇ ਕਹਿੰਦੇ, ਉਹ ਇੰਨੇ ਜਿਹੇ ਪਾਣੀ ਨਾਲ ਤੂੰ ਕਿੱਥੇ ਜ਼ਿੰਦਗੀਆਂ ਬਚਾ ਲਏਗਾ? ਉਹ ਕਹਿਣ ਲੱਗਾ, ਇੰਨਾ ਜਿਹਾ ਪਾਣੀ ਕਿਸੇ ਬੀਜ ਨੂੰ ਪੌਦਾ ਬਣਾ ਸਕਦਾ। ਕੀ ਬਣਾ ਸਕਦਾ? ਅਤੇ ਪੌਦਾ ਵੱਡਾ ਹੋ ਕੇ ਬਣ ਸਕਦਾ, ਰੁੱਖ ਅਤੇ ਰੁੱਖ ਬਣ ਕੇ ਦੇਗਾ ਆਕਸੀਜਨ, ਦੇਗਾ ਕਿ ਨਹੀਂ ਦੇਗਾ? ਲੱਖਾਂ ਜ਼ਿੰਦਗੀਆਂ ਬਚਾਏਗਾ ਕਿ ਨਹੀਂ ਬਚਾਏਗਾ? ਬੇਟੇ, ਐਟੀਟਿਊਡ ਦਾ ਮਤਲਬ ਹੁੰਦਾ ਵੇ ਆਫ ਥਿੰਕਿੰਗ, ਸੋਚਣ ਦਾ ਨਜ਼ਰੀਆ, ਦੇਖਣ ਦਾ ਨਜ਼ਰੀਆ। ਬੋਲੋ, ਚੇਂਜ ਯੂਅਰ ਐਟੀਟਿਊਡ, ਯੂਅਰ ਲਾਈਫ ਵਿਲ ਬੀ ਟੋਟਲੀ ਚੇਂਜ। ਅਤੇ ਚਿੜੀ ਕਹਿੰਦੀ ਇਹਦੇ ਨਾਲ ਕਿੰਨੀਆਂ ਗੱਲਾਂ ਹੋ ਸਕਦੀਆਂ? ਰਾਹਗੀਰ ਕਹਿੰਦਾ ਕਿਹੜੀਆਂ ਕਿਹੜੀਆਂ? ਉਹਨੇ ਸਵਾਲ ਕੀਤਾ ਅਤੇ ਕਹਾਣੀ ਅੱਗੇ ਤੁਰ ਪਈ। ਸਾਡੀ ਕਹਾਣੀ ਕਿਉਂ ਰੁਕ ਗਈ ਵਿਕਾਸ ਦੀ? ਕਿਉਂਕਿ ਸਵਾਲ ਕਰਨੇ ਬੰਦ ਕਰਤੇ। ਕਹਿੰਦਾ ਕਿਹੜੀਆਂ ਕਿਹੜੀਆਂ ਗੱਲਾਂ? ਚਿੜੀ ਕਹਿੰਦੀ ਨੰਬਰ 1 ਹੋ ਸਕਦਾ, ਜਿਹੜੇ ਜਾਨਵਰ ਮਰ ਗਏ ਉਹਨਾਂ ਦੀ ਕਹਾਣੀ ਖਤਮ, ਪਰ ਜਿਹੜੇ ਭੱਜ ਗਏ ਸੀ ਉਹ ਵੀ ਮੇਰੇ ਵੱਲ ਵੇਖ ਕੇ ਤੇ ਆ ਜਾਣ ਵਾਪਸ, ਤੇ ਪਾਣੀ ਪਾਉਣਾ ਸ਼ੁਰੂ ਕਰ ਦੇਣ। ਸਾਰੇ ਜਾਨਵਰ ਰਲ ਕੇ ਇਕੱਠੇ ਹੋ ਜਾਣ ਤੇ ਪਾਣੀ ਪਾਉਣਾ ਸ਼ੁਰੂ ਕਰ ਦੇਣ। ਹਾਥੀ ਝੁੰਡਾਂ ਵਿੱਚ ਰਹਿੰਦੇ ਨੇ, ਸੁੰਡਾਂ ਨਾਲ ਭਰ ਭਰ ਕੇ ਪਾਣੀ ਪਾਉਣਾ ਸ਼ੁਰੂ ਕਰ ਦੇਣ, ਫਿਰ ਜੰਗਲ ਦੀ ਅੱਗ ਬੁਝ ਸਕਦੀ ਹੈ, ਫਿਰ ਜੰਗਲ ਦੀ ਅੱਗ ਸਕਦੀ ਹੈ। ਉਹ ਬੜਾ ਹੈਰਾਨ ਹੋਇਆ ਵੀ ਮੈਂ ਤਾਂ ਸੋਚਿਆ ਨਹੀਂ ਸੀ, ਕਿਉਂਕਿ ਉਹਦਾ ਐਟੀਟਿਊਡ ਕੀ ਸੀ? ਨੈਗੇਟਿਵ। ਚਿੜੀ ਦਾ ਕੀ ਸੀ? ਉਹ ਚਿੜੀ ਕਹਿਣ ਲੱਗਾ ਦੂਜੀ ਗੱਲ ਕਿਹੜੀ ਹੈ? ਚਿੜੀ ਕਹਿੰਦੀ ਹੋ ਸਕਦਾ ਪਰਮਾਤਮਾ ਖੁਸ਼ ਹੋ ਜਾਵੇ ਵੀ ਛੋਟੀ ਜਿਹੀ ਚਿੜੀ ਪਾਣੀ ਪਾਉਣ 'ਤੇ ਲੱਗੀ ਹੋਈ ਹੈ, ਅਤੇ ਮੈਂ ਇਹਦੀ ਮਦਦ ਕਰ ਦੇਵਾਂ ਅਤੇ ਕੀ ਪਾ ਦੇਵਾਂ? ਮੈਮ ਹਿੰਮਤੇ ਮਰਦਾ ਮਦਦ ਖੁਦਾ, ਵੀ ਉੱਤੋਂ ਮੀਂਹ ਪੈ ਜਾਵੇ। ਉਹ ਕਹਿਣ ਲੱਗਾ ਮੈਂ ਤਾਂ ਸੋਚਿਆ ਨਹੀਂ ਸੀ। ਕਿਉਂ ਨਹੀਂ ਸੋਚਿਆ? ਕਿਉਂਕਿ ਉਹਦਾ ਐਟੀਟਿਊਡ ਕੀ ਸੀ? ਚਿੜੀ ਦਾ ਕੀ ਸੀ? ਨੈਗੇਟਿਵ ਐਟੀਟਿਊਡ ਕਦੇ ਵੀ ਕਿਸੇ ਨੂੰ ਦੂਰ ਦੀ ਸੋਚਣ ਨਹੀਂ ਦਿੰਦਾ। ਅਤੇ ਬੇਟੇ, ਉਹ ਕਹਿਣ ਲੱਗਾ ਤੀਜੀ ਗੱਲ, ਚਿੜੀ ਕਹਿੰਦੀ ਮੈਂ ਮਰਨਾ ਅਤੇ ਮਰ ਕੇ ਮੇਰੀ ਆਤਮਾ ਨੇ ਪਰਮਾਤਮਾ ਦੇ ਕੋਲ ਜਾਣਾ, ਮੇਰੀ ਆਤਮਾ ਸੁਰਖਰੂ ਹੋਏਗੀ, ਕਿਉਂਕਿ ਮੈਂ ਆਪਣੀ ਡਿਊਟੀ ਨਿਭਾ ਚੱਲੀ ਹਾਂ, ਜੰਗਲ ਦੀ ਅੱਗ ਦੇ ਪਾਣੀ। ਅਤੇ ਬੇਟੇ, ਰਾਹਗੀਰ ਵੀ ਪੋਜ਼ਿਟਿਵ ਹੋ ਗਿਆ। ਮੈਮ, ਜਦੋਂ ਨੈਗੇਟਿਵ ਐਟੀਟਿਊਡ ਕਿਸੇ ਪੋਜ਼ਿਟਿਵ ਕੋਲ ਜਾਂਦਾ ਤਾਂ ਉਹ ਬਣ ਜਾਂਦਾ ਪੋਜ਼ਿਟਿਵ। ਅਤੇ ਬੇਟੇ, ਉਹ ਕਹਿਣ ਲੱਗਾ ਚਿੜੀਏ ਤੈਨੂੰ ਮੈਂ ਚੌਥੀ ਗੱਲ ਦੱਸਾਂ। ਚਿੜੀ ਕਹਿੰਦੀ ਦੱਸ ਦੇ, ਤੁਹਾਨੂੰ ਦੱਸ ਦੇਵਾਂ ਕਿ ਰਹਿਣ ਦੇਵਾਂ? ਦੱਸੋਗੇ ਤਾਂ ਨਹੀਂ ਕਿਸੇ ਨੂੰ? ਚਿੜੀ ਕਹਿੰਦੀ, ਰਾਹਗੀਰ ਕਹਿੰਦਾ ਚਿੜੀਏ ਤੇਰਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਨਹੀਂ, ਅੱਗ ਬੁਝਾਉਣ ਵਾਲੀ ਲਿਖਿਆ ਜਾਏਗਾ। ਅਤੇ ਬੇਟੇ, ਅੱਜ ਪੰਜਾਬ ਨੂੰ ਬੜੀਆਂ ਅੱਗਾਂ ਲੱਗੀਆਂ ਨੇ, ਡਰੱਗਸ, ਕ੍ਰਾਈਮ, ਇਗਨੋਰਸ, ਵਾਇਲੈਂਸ, ਏਡਸ। ਮੈਮ, ਨਦੀ ਜੇ ਇੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਬੱਚਾ ਸਹਿਜ ਪਾਠ ਕਰਨ ਲੱਗ ਪਿਆ, ਇਸ ਪਾਸੇ ਤੁਰ ਪਿਆ, ਉਹ ਆਪ ਤਾਂ ਬਚੇਗਾ ਬਚੇਗਾ, ਦੂਜਿਆਂ ਨੂੰ ਵੀ ਬਚਾ ਲਏਗਾ। ਅਤੇ ਪੁੱਤਰ ਦੱਸੋ, ਤੁਸੀਂ ਕਿਹੜੇ ਬਣ ਜਾਂਦੇ, ਅੱਗ ਲਾਉਣ ਵਾਲੇ ਕਿ ਬੁਝਾਉਣ ਵਾਲੇ? ਫਿਰ 10-15 ਮਿੰਟ ਟੀਵੀ ਦੇ ਘਟਾ ਕੇ ਇਸ ਪਾਸੇ ਲਾਓਗੇ? ਆਪਣੇ ਮੰਮੀ ਪਾਪਾ ਨੂੰ ਸਮਝਾ ਦਿਓਗੇ? ਉਹਨਾਂ ਨੂੰ ਕਹਿ ਦਿਓਗੇ? ਬੇਟੇ, ਉਹ ਮੇਰਾ ਪੁੱਤਰ ਇੱਥੇ ਹੈਗਾ ਸੀ, ਸਮਾਪਤੀ ਕਰੀਏ, ਉਹਨੇ ਮੈਨੂੰ ਪੁੱਛਿਆ ਸੀ ਵੀ ਸਰ ਇਹ ਕਿਉਂ ਕਰਦੇ ਨੇ ਲੋਕ, ਫਿਰ ਵੀ ਕਰਦੇ ਨੇ? ਇੱਥੇ ਇੱਕ ਬੱਚਾ ਸੀ ਜਿਹਨੇ ਕਿਹਾ ਸੀ, ਮੈਂ ਕਿਹਾ ਸੀ ਨਾ ਡਾਕਟਰ ਗੁਰਦੇ ਕਿਉਂ ਵੇਚਦੇ ਨੇ ਵੀ ਪੜ੍ਹ ਲਿਖ ਕੇ ਵੀ ਇਸ ਬੱਚੇ ਨੂੰ। ਬੇਟੇ, ਤੁਸੀਂ ਅੱਗੇ ਆਉਣਾ, ਹਾਂ ਇੱਧਰ ਆ ਪੁੱਤਰ, ਸ਼ਾਬਾਸ਼ ਮੇਰਾ ਪੁੱਤਰ। ਮੈਂ ਇਸ ਛੋਟੇ ਜਿਹੇ ਬੱਚੇ ਨੂੰ ਦੱਸਣ ਲੱਗਾ, ਤੁਸੀਂ ਸੁਣ ਲੈਣਾ। ਇਹ ਕਹਿੰਦਾ ਵੀ ਛੋਟੇ ਜਦੋਂ ਕਲਾਸਾਂ ਵਿੱਚ ਪੜ੍ਹਦੇ ਨੇ ਬੱਚੇ, ਉਦੋਂ ਕਹਿੰਦੇ ਨੇ ਅਸੀਂ ਗਲਤ ਕੰਮ ਨਹੀਂ ਕਰਾਂਗੇ, ਪਰ ਫਿਰ ਵੀ ਕਰਦੇ ਨੇ। ਫਿਰ ਵੀ ਪਤਾ ਕਿਉਂ ਕਰਦੇ ਨੇ? ਕਿਉਂਕਿ ਉਹ ਬੇਟੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਦਾ ਧੰਨਵਾਦ ਨਹੀਂ ਕਰਦੇ, ਚੰਗੇ ਕੰਮ ਨਹੀਂ ਕਰਦੇ। ਉਹਨਾਂ ਨੂੰ ਮੋਰਲ ਵੈਲਿਊ ਭੁੱਲ ਗਈ, ਮੋਰਲ ਵੈਲਿਊ ਭੁੱਲ ਗਈ। ਉਹ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਗਏ, ਆਗਿਆ ਦਾ ਪਾਲਣ ਕਰਨਾ ਭੁੱਲ ਗਏ,
उन्होंने को तीन शब्द भी नहीं है पुत्र। सो इस करके वो थले वाली ए बन गए समाज का माड़ा करने वाले। तो तुम कि बन दे थले वाली कि उपर वाली? उपर वाली। तो फिर सवेरे उठद सार ही क्या करो, वाहेगुरु तेरा शुक्र है, वाहेगुरु तेरा शुक्र है, हे परमात्मा तेरा शुक्र है। ना धो लिया कहता वाहेगुरु तेरा शुक्र है। स्कूले आने लाई बैग फड़ लिया वाहेगुरु तेरा शुक्र है। वड्डियां दे प्यारी हाथ लाया उन्होंने को आशीर्वाद ले घुट के मिले के कहता वाहेगुरु तेरा शुक्र है। वैन विच वाहेगुरु नूं याद कीता फिर इत्थे आ गए वाहेगुरु तेरा शुक्र है। मैम ने एक अद्धा झिड़का मार दित्तियां एक अद्धी ला दित्ती कहता वाहेगुरु तेरा शुक्र है। छुट्टी हो गई वाहेगुरु तेरा इन्ना काम करिया करोगे? वाहेगुरु जी का खालसा। थैंक यू मैम, बहुत मेहरबानी।